ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਤੇ ਹੁਣ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਮਾਮਲਾ ਹੈ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਦਾ, ਜਿੱਥੇ ਬੀਤੇ ਦਿਨ ਜੱਟ ਕੌਮ ਵੱਲੋਂ ਪੰਚਾਇਤ ਜਗ੍ਹਾ ਵਿਖੇ ਸਥਿਤ ਵਾਲਮੀਕਿ ਜੀ ਦਾ ਮੰਦਿਰ ਨੂੰ ਢੇਰੀ ਕਰ ਦਿੱਤਾ ਗਿਆ। ਉੱਥੇ ਮੌਜੂਦ ਦਲਿਤ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਗਈ, ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ, ਜਿਸ ਦਾ ਵਿਰੋਧ ਵਿੱਚ ਧੂਨਾ ਸਾਹਿਬ ਟਰੱਸਟ ਦੀ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਨੇ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਗੇਟ ਕੀਮਾ ਥਾਣੇ ਦਾ ਘੇਰਾਓ ਕੀਤਾ ਅਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜੱਟ ਬਰਾਦਰੀ ਨੇ ਭਗਵਾਨ ਵਾਲਮੀਕ ਮੰਦਿਰ ਦੀ ਬੇਅਦਬੀ ਕੀਤੀ। ਸਭ ਤੋਂ ਪਹਿਲਾਂ ਦੁਸ਼ਟਾਂ ਨੇ ਮੰਦਿਰ ਦੇ ਵਿੱਚ ਚੋੜਿਆਂ ਸਮੇਤ ਗਏ, ਭਗਵਾਨ ਵਾਲਮੀਕ ਦੀ ਲੱਗੀ ਜੋਤ ਨੂੰ ਰੂੜੀ 'ਤੇ ਸੁੱਟਿਆ। ਉਸ ਤੋਂ ਬਾਅਦ ਕੌਮੀ ਨਿਸ਼ਾਨ ਸਾਡਾ ਝੰਡਾ ਸੀ ਜਿਹੜਾ, ਉਹਨੂੰ ਉਤਾਰ ਕੇ ਉਹਨੂੰ ਲਾਹ ਕੇ ਉਹਦੀ ਬੇਅਦਬੀ ਕੀਤੀ, ਛੱਪੜ 'ਤੇ ਸੁੱਟਿਆ। ਭਗਵਾਨ ਵਾਲਮੀਕ ਦੇ ਸਰੂਪ ਜਿਹੜੇ ਸੀ ਉਹਨਾਂ ਦੀ ਬੇਅਦਬੀ ਕੀਤੀ। ਜੇਕਰ ਸਾਡੀ ਗੁਰੂ ਸਾਹਿਬ ਨੇ ਬਣਾਉਣਗੇ ਇਸ ਮਾਮਲੇ ਸੰਬੰਧੀ ਥਾਣਾ ਗੇਟ ਹਕੀਮਾ ਦੇ SHO ਸੁਖਜਿੰਦਰ ਨਾਲ ਗੱਲ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਪੁਲਿਸ ਦੀ ਹੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗ ਜਾਣ ਤਾਂ ਫਿਰ ਗਰੀਬ ਲੋਕਾਂ ਦਾ ਇਨਸਾਫ਼ ਕੌਣ ਕਰੇਗਾ। ਅੰਮ੍ਰਿਤਸਰ ਤੋਂ ਸਨੀ ਸਹੋਤਾ, ਜੀਵੇ ਪੰਜਾਬ TV।